ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਸਰਦਾਰ ਅਮਰੀਕ ਸਿੰਘ ਜੀ ਨੰਗਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਹੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਸਿੱਖ ਸਾਂਝਾ ਮੁਸਲਿਮ ਪੰਜਾਬ ਤੋਂ ਸ਼੍ਰੀ ਯੂਸਫ ਮੁਹੰਮਦ ਜੀ ਨਾਲ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਾਡੇ ਕੋਲ ਉਹਨਾਂ ਦੇ ਸੀਨੀਅਰ ਵੀਰ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਤੁਹਾਡੇ ਨਗਰ ਅਜਨਾਲੇ ਤੋਂ ਨੰਬਰਦਾਰ ਸਰਦਾਰ ਬਲਜੀਤ ਸਿੰਘ ਜੀ ਅਤੇ ਵੱਖ ਵੱਖ ਨਗਰਾਂ ਤੋਂ ਮੇਰੇ ਪ੍ਰਧਾਨ ਪਹੁੰਚੇ ਨੇ ਸਾਰਿਆਂ ਨੂੰ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਆਪਾਂ ਇਹ ਮੀਟਿੰਗ ਰੱਖੀ ਆ ਸਭ ਤੋਂ ਪਹਿਲੇ ਕਰਦੇ ਆ ਕਿ ਮਹੀਨਾਵਾਰ ਮੀਟਿੰਗ 'ਤੇ ਆਪਾਂ ਰੱਖੀ ਆ ਉਸ ਮਹੀਨਾਵਾਰ ਮੀਟਿੰਗਾਂ ਦੇ ਵਿੱਚ ਆਪਾਂ ਪਹਿਲਾਂ ਲਗਾਤਾਰ ਆਪਣੀਆਂ ਸਮੱਸਿਆਵਾਂ ਦੀ ਗੱਲ ਕਰਦੇ ਰਹੇ ਹਾਂ ਪਰ ਅੱਜ ਦੀ ਜਿਹੜੀ ਇਹ ਮੀਟਿੰਗ ਆ ਇਹ ਬਹੁਤ ਮੀਟਿੰਗ ਸਪੈਸ਼ਲ ਮੀਟਿੰਗ ਆ ਕਿ ਆਪਾਂ ਇੱਥੇ ਜਿਹੜੇ ਜਿਹੜੇ ਬੈਠੇ ਹਾਂ ਜਿਨ੍ਹਾਂ ਨੂੰ ਪਤਾ ਆ ਸੀ ਏ ਬਾਰੇ ਸੀ ਏ ਏ ਇੱਕ ਕਾਨੂੰਨ ਬਣਿਆ ਉਸ ਕਾਨੂੰਨ ਬਾਰੇ ਜੇ ਕਿਸੇ ਨੂੰ ਕੋਈ ਜਾਣਕਾਰੀ ਹੈਗੀ ਆ ਅਤੇ ਉਹ ਥੋੜ੍ਹਾ ਜਿਹਾ ਮੈਨੂੰ ਹੱਥ ਖੜਾ ਕਰਕੇ ਦੱਸੋਗੇ ਜਿਹਨੂੰ ਜਿਹੜੇ ਨਵੇਂ ਆ ਨਹੀਂ ਜਿੱਦਾਂ ਅਮਰੀਕਾ ਨਗਰ ਵੀ ਨਹੀਂ ਜਿਹੜੇ ਇੱਧਰੋਂ ਨਵੇਂ ਆ ਸਾਡੇ ਕੋਲ ਨਵੇਂ ਸਾਥੀ ਨੇ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਨੀਚੇ ਆ ਕੇ ਸੀ ਏ ਕਾਨੂੰਨ ਬਾਰੇ ਕੋਈ ਜਾਣਕਾਰੀ ਰੱਖਦੇ ਆ ਕੋਈ ਵੀ ਸੀ ਏ ਕਾਨੂੰਨ ਬਾਰੇ ਜਾਣਕਾਰੀ ਜਿਹੜੀ ਨਹੀਂ ਰੱਖ ਰਿਹਾ ਪਰ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਭੁਚਾਲ ਆਇਆ ਪਿਆ ਸੀ ਏ ਦੇ ਨਾਂ ਉੱਤੇ ਉਹ ਵੀ ਦੱਸਦਾ ਜੀ ਉਸ ਤੋਂ ਬਾਅਦ ਉਹ ਜਿਹੜਾ ਸੀ ਏ ਕਾਨੂੰਨ ਬਣਿਆ ਆ ਉਹ ਇੰਨਾ ਕੁ ਖਤਰਨਾਕ ਕਾਨੂੰਨ ਆ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੁੰਦਾ ਆ ਕਿ ਜਦੋਂ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਗੱਲ ਕਰਦੇ ਹਾਂ ਤੇ ਪਿੰਡਾਂ ਵਾਲਿਆਂ ਲੋਕਾਂ ਨੂੰ ਜਾ ਕੇ ਪੁੱਛੀਦਾ ਤੇ ਉਹਨਾਂ ਨੇ ਝੰਡੇ ਦੇ ਜ਼ਰੂਰ ਚੁੱਕੇ ਆ ਕਿਸੇ ਨਾਲ ਝੰਡਾ ਚੁੱਕਿਆ ਕਿਸੇ ਨੇ ਗਾਂਧੀਆਂ ਦਾ ਝੰਡਾ ਚੁੱਕਿਆ ਕਿਸੇ ਕਾਮਰੇਡਾਂ ਦਾ ਝੰਡਾ ਚੁੱਕਿਆ ਪਰ ਉਹਨਾਂ ਨੂੰ ਜਦੋਂ ਆਪਾਂ ਸੀਏ ਬਾਰੇ ਗੱਲ ਕਰਦੇ ਤਾਂ ਉਹਨਾਂ ਦੇ ਬਿਲਕੁਲ ਸੀਏ ਬਾਰੇ ਸਾਨੂੰ ਜਾਣਕਾਰੀ ਨਹੀਂ ਹੈਗੀ ਸੋ ਸੀਏ ਕਾਨੂੰਨ ਇੱਕ ਇਹੋ ਜਿਹਾ ਇਹਨਾਂ ਨੇ ਕਾਨੂੰਨ ਬਣਾਤਾ ਆ ਜਿਹਦੇ ਨਾਲ ਸਾਡੀ ਨਾਗਰਿਕਤਾ ਸ਼ਿਪ ਜੁੜੀ ਆ ਹੁਣ ਮੈਂ ਵੀਰਾ ਮੇਰਾ ਨਾਮ ਸੁਣਦਾ ਵੀਰ ਇੱਥੇ ਆ ਮੈਂ ਛੋਟੇ ਜੀ ਨੂੰ ਬੇਨਤੀ ਕਰਦਾ ਵੀਰੇ ਤੁਸੀਂ ਖੜੇ ਹੋ ਜਾ ਜੀ ਖੜੇ ਹੋ ਮੰਨ ਲਓ ਮੈਂ ਕਿਸੇ ਦਫ਼ਤਰ ਦਾ ਮੁਲਾਜ਼ਮ ਆ ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਮੈਨੂੰ ਆਪਣੀ ਨਾਗਰਿਕ